ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ। ਇਸ ਤਬਾਹੀ ਦੇ ਨਾਲ 112 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ, ਜਦਕਿ ਸੈਂਕੜੇ ਲੋਕ ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਤਾਂ ਕਈ ਲੋਕ ਹਲੇ ਤੱਕ ਵੀ ਲਾਪਤਾ ਨੇ, ਜਿਨ੍ਹਾਂ ਦੀ ਭਾਲ ਜੋ ਹੈ ਕੀਤੀ ਜਾ ਰਹੀ ਹੈ, ਰੈਸਕਿਊ ਆਪਰੇਸ਼ਨ ਜਾਰੀ ਹੈ। ਹੜ੍ਹਾਂ ਵਰਗੇ ਹਾਲਾਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜਿੱਧਰ ਤੱਕ ਨਜ਼ਰ ਜਾਂਦੀ ਹੈ ਸਿਰਫ ਪਾਣੀ ਹੀ ਪਾਣੀ ਉੱਥੇ ਦਿਖਾਈ ਦੇ ਰਿਹਾ, ਤੇ ਲੋਕਾਂ ਦੇ ਘਰ ਵੀ ਇਸ ਪਾਣੀ ਦੇ ਵਿੱਚ ਡੁੱਬ ਗਏ, ਕਈ ਲੋਕ ਇਸੇ ਪਾਣੀ ਦੇ ਵਿੱਚ ਰੁੜ ਗਏ ਨੇ। ਤਾਂ ਲਗਾਤਾਰ ਮੀਂਹ ਕਾਰਨ ਹੜ੍ਹ ਆਏ, ਡਿੰਗਾ ਡਿੱਗਣ ਕਾਰਨ ਘੱਟੋ ਘੱਟ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 112 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਤਾਂ ਲਗਾਤਾਰ ਮੀਂਹ ਪੈ ਰਿਹਾ, ਜਿਸ ਕਾਰਨ ਪਾਣੀ ਦੇ ਵਿੱਚ ਕਈ ਇਲਾਕੇ ਡੁੱਬ ਗਏ ਅਤੇ ਅਧਿਕਾਰੀ ਜੋ ਨੇ ਉਹ ਹੜ੍ਹ ਦੀ ਚੇਤਾਵਨੀ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੀ ਗਈ ਹੈ। ਹਾਲਾਂਕਿ ਲੋਕਾਂ ਨੂੰ ਰੈਸਕਿਊ ਕਰਨ ਦਾ ਜੋ ਆਪਰੇਸ਼ਨ ਹੈ ਉਹ ਵੀ ਰੈਸਕਿਊ ਆਪਰੇਸ਼ਨ ਵੀ ਅਧਿਕਾਰੀਆਂ ਦੇ ਵੱਲੋਂ ਚਲਾਏ ਜਾ ਰਹੇ ਨੇ। ਤਾਂ ਕਈ ਮਾਰਗ ਇਸੇ ਮੀਂਹ ਨੂੰ ਲੈ ਕੇ ਬੰਦ ਕਰ ਦਿੱਤੇ ਗਏ ਨੇ, ਕਿਉਂਕਿ ਖੌਫਨਾਕ ਮੰਜ਼ਰ ਤੁਸੀਂ ਦੇਖ ਸਕਦੇ ਹੋ ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਹਾਲਾਂਕਿ ਰੈਸਕਿਊ ਆਪਰੇਸ਼ਨ ਵੀ ਚਲਾਇਆ ਜਾ ਰਿਹਾ, ਲੋਕਾਂ ਨੂੰ ਬਚਾਉਣ ਦਾ ਜੋ ਆਪਰੇਸ਼ਨ ਹੈ ਉਹ ਵੀ ਚਲਾਇਆ ਜਾ ਰਿਹਾ। ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਾਣੀ ਦੇ ਵਿੱਚ ਪੂਰਾ ਸ਼ਹਿਰ ਕਿਸ ਤਰੀਕੇ ਦੇ ਨਾਲ ਡੁੱਬਿਆ ਹੋਇਆ ਹੈ। ਹਾਲਾਂਕਿ ਹੁਣ ਹਾਲਾਤ ਕੁਝ ਸੁਧਰ ਗਏ ਨੇ, ਪਰ ਫਿਰ ਵੀ ਸੈਂਕੜੇ ਲੋਕ ਲਾਪਤਾ ਦੱਸੇ ਜਾ ਰਹੇ ਨੇ, ਕਿਉਂਕਿ ਸੈਂਕੜੇ ਲੋਕ ਇਸੇ ਪਾਣੀ ਦੇ ਬਹਾਅ ਦੇ ਵਿੱਚ ਰੁੜ ਗਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਨੇਪਾਲ ਦੀਆਂ ਨੇ। ਜੀ ਹਾਂ, ਨੇਪਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਮੀਂਹ ਕਾਰਨ, ਹੜ੍ਹ ਆਏ, ਡਿੰਗਾ ਡਿੱਗਣ ਕਾਰਨ ਘੱਟੋ ਘੱਟ 112 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ। ਕਈ ਇਲਾਕੇ ਜੋ ਨੇ ਪਾਣੀ ਦੇ ਵਿੱਚ ਡੁੱਬ ਗਏ ਅਤੇ ਅਧਿਕਾਰੀਆਂ ਦੇ ਵੱਲੋਂ, ਆਫਤ ਅਧਿਕਾਰੀਆਂ ਦੇ ਵੱਲੋਂ ਹੜ੍ਹਾਂ ਦੀ ਚੇਤਾਵਨੀ ਵੀ ਜੋ ਹੈ ਜਾਰੀ ਕੀਤੀ ਗਈ। ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਤੁਹਾਨੂੰ ਦੱਸ ਦਈਏ ਕਿ ਹੜ੍ਹਾਂ ਦੇ ਖਤਰੇ ਕਾਰਨ ਜੋ ਹੈ ਲਗਾਤਾਰ ਡੈਮ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮ ਦੇ ਵਿੱਚ ਵੀ ਪਾਣੀ ਭਰ ਰਿਹਾ ਸੀ, ਜਿਸ ਕਰਕੇ ਫਲੱਡ ਗੇਟਸ ਖੋਲ੍ਹੇ ਗਏ। ਹਾਲਾਤ ਤੁਸੀਂ ਪੂਰੇ ਸ਼ਹਿਰ ਦੇ ਦੇਖ ਸਕਦੇ ਹੋ। ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ। ਇਸ ਤਬਾਹੀ ਦੇ ਨਾਲ 112 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ, ਜਦਕਿ ਸੈਂਕੜੇ ਲੋਕ ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਤਾਂ ਕਈ ਲੋਕ ਹਲੇ ਤੱਕ ਵੀ ਲਾਪਤਾ ਨੇ, ਜਿਨ੍ਹਾਂ ਦੀ ਭਾਲ ਜੋ ਹੈ ਕੀਤੀ ਜਾ ਰਹੀ ਹੈ, ਰੈਸਕਿਊ ਆਪਰੇਸ਼ਨ ਜਾਰੀ ਹੈ। ਹੜ੍ਹਾਂ ਵਰਗੇ ਹਾਲਾਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜਿੱਧਰ ਤੱਕ ਨਜ਼ਰ ਜਾਂਦੀ ਹੈ ਸਿਰਫ ਪਾਣੀ ਹੀ ਪਾਣੀ ਉੱਥੇ ਦਿਖਾਈ ਦੇ ਰਿਹਾ, ਤੇ ਲੋਕਾਂ ਦੇ ਘਰ ਵੀ ਇਸ ਪਾਣੀ ਦੇ ਵਿੱਚ ਡੁੱਬ ਗਏ, ਕਈ ਲੋਕ ਇਸੇ ਪਾਣੀ ਦੇ ਵਿੱਚ ਰੁੜ ਗਏ ਨੇ। ਤਾਂ ਲਗਾਤਾਰ ਮੀਂਹ ਕਾਰਨ ਹੜ੍ਹ ਆਏ, ਡਿੰਗਾ ਡਿੱਗਣ ਕਾਰਨ ਘੱਟੋ ਘੱਟ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 112 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਤਾਂ ਲਗਾਤਾਰ ਮੀਂਹ ਪੈ ਰਿਹਾ, ਜਿਸ ਕਾਰਨ ਪਾਣੀ ਦੇ ਵਿੱਚ ਕਈ ਇਲਾਕੇ ਡੁੱਬ ਗਏ ਅਤੇ ਅਧਿਕਾਰੀ ਜੋ ਨੇ ਉਹ ਹੜ੍ਹ ਦੀ ਚੇਤਾਵਨੀ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੀ ਗਈ ਹੈ। ਹਾਲਾਂਕਿ ਲੋਕਾਂ ਨੂੰ ਰੈਸਕਿਊ ਕਰਨ ਦਾ ਜੋ ਆਪਰੇਸ਼ਨ ਹੈ ਉਹ ਵੀ ਰੈਸਕਿਊ ਆਪਰੇਸ਼ਨ ਵੀ ਅਧਿਕਾਰੀਆਂ ਦੇ ਵੱਲੋਂ ਚਲਾਏ ਜਾ ਰਹੇ ਨੇ। ਤਾਂ ਕਈ ਮਾਰਗ ਇਸੇ ਮੀਂਹ ਨੂੰ ਲੈ ਕੇ ਬੰਦ ਕਰ ਦਿੱਤੇ ਗਏ ਨੇ, ਕਿਉਂਕਿ ਖੌਫਨਾਕ ਮੰਜ਼ਰ ਤੁਸੀਂ ਦੇਖ ਸਕਦੇ ਹੋ ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
ਹਾਲਾਂਕਿ ਰੈਸਕਿਊ ਆਪਰੇਸ਼ਨ ਵੀ ਚਲਾਇਆ ਜਾ ਰਿਹਾ, ਲੋਕਾਂ ਨੂੰ ਬਚਾਉਣ ਦਾ ਜੋ ਆਪਰੇਸ਼ਨ ਹੈ ਉਹ ਵੀ ਚਲਾਇਆ ਜਾ ਰਿਹਾ। ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਾਣੀ ਦੇ ਵਿੱਚ ਪੂਰਾ ਸ਼ਹਿਰ ਕਿਸ ਤਰੀਕੇ ਦੇ ਨਾਲ ਡੁੱਬਿਆ ਹੋਇਆ। ਹਾਲਾਂਕਿ ਹੁਣ ਹਾਲਾਤ ਕੁਝ ਸੁਧਰ ਗਏ ਨੇ, ਪਰ ਫਿਰ ਵੀ ਸੈਂਕੜੇ ਲੋਕ ਲਾਪਤਾ ਦੱਸੇ ਜਾ ਰਹੇ ਨੇ, ਕਿਉਂਕਿ ਸੈਂਕੜੇ ਲੋਕ ਇਸੇ ਪਾਣੀ ਦੇ ਬਹਾਅ ਦੇ ਵਿੱਚ ਰੁੜ ਗਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਨੇਪਾਲ ਦੀਆਂ ਨੇ। ਜੀ ਹਾਂ, ਨੇਪਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਮੀਂਹ ਕਾਰਨ, ਹੜ੍ਹ ਆਏ ਡਿੰਗਾ ਡਿੱਗਣ ਕਾਰਨ ਘੱਟੋ ਘੱਟ 112 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ। ਕਈ ਇਲਾਕੇ ਜੋ ਨੇ ਪਾਣੀ ਦੇ ਵਿੱਚ ਡੁੱਬ ਗਏ ਅਤੇ ਅਧਿਕਾਰੀਆਂ ਦੇ ਵੱਲੋਂ, ਆਫਤ ਅਧਿਕਾਰੀਆਂ ਦੇ ਵੱਲੋਂ ਹੜ੍ਹਾਂ ਦੀ ਚੇਤਾਵਨੀ ਵੀ ਜੋ ਹੈ ਜਾਰੀ ਕੀਤੀ ਗਈ। ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਤੁਹਾਨੂੰ ਦੱਸ ਦਈਏ ਕਿ ਹੜ੍ਹਾਂ ਦੇ ਖਤਰੇ ਕਾਰਨ ਜੋ ਹੈ ਲਗਾਤਾਰ ਡੈਮ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮ ਦੇ ਵਿੱਚ ਵੀ ਪਾਣੀ ਭਰ ਰਿਹਾ ਸੀ, ਜਿਸ ਕਰਕੇ ਫਲੱਡ ਗੇਟਸ ਖੋਲ੍ਹੇ ਗਏ। ਹਾਲਾਤ ਤੁਸੀਂ ਪੂਰੇ ਸ਼ਹਿਰ ਦੇ ਦੇਖ ਸਕਦੇ ਹੋ।